ਮੇਰੀਆਂ ਅੱਖਾਂ ਤਾਂ ਪਹਿਲਾਂ ਹੀ ਖੁੱਲੀਆਂ ਸੀ। ਜਤਿੰਦਰ ਮਨੋਚਾ ਜੀ ਪਹਿਲਾਂ ਹੀ ਵਿਜ਼ੂਲਾਈਜ਼ੇਸ਼ਨ ਕਰਕੇ ਮੈਨੂੰ ਇਸ ਬਿਜ਼ਨਸ 'ਚ ਲੈ ਕੇ ਆਏ, ਅਤੇ ਅੱਜ ਮੇਰੀਆਂ ਅੱਖਾਂ ਹੋਰ ਖੁੱਲ ਗਈਆਂ ਕਿ ਸਾਡੇ ਦੀਦੀ ਵੱਡੇ ਭੈਣ ਔਰ ਮੇਰੇ ਸੀਨੀਅਰ ਵੀ ਇੰਨੀ ਨੌਲੇਜ, ਉਹਨਾਂ ਨੂੰ ਇੰਨੀ ਮੋਟੀਵੇਸ਼ਨ ਔਰ ਇੰਨੀ ਬਿਜ਼ਨਸ ਦੀ ਜਾਣਕਾਰੀ। ਮੈਂ ਤਾਂ ਗੁਜ਼ਾਰਿਸ਼ ਕਰੂੰਗਾ ਆਪਣੇ ਦੀਦੀ ਨੂੰ, ਆਪਣੇ ਸੀਨੀਅਰ ਨੂੰ ਕਿ ਮੈਂ ਸਾਨੂੰ ਵੀ ਸਾਡੀ ਟੀਮ ਨੂੰ ਵੀ ਇੱਕ ਕਲਾਸਿਸ ਦੀ ਦੇਣ ਦੀ ਗੁਜ਼ਾਰਿਸ਼ ਕਰਨੀ, ਇੱਕ ਟ੍ਰੇਨਿੰਗ ਪਾਰਟ ਅਸੀਂ ਉਹਨਾਂ ਤੋਂ ਆਉਣ ਵਾਲੇ ਟਾਈਮ 'ਚ ਬਹੁਤ ਜਲਦੀ ਲੈਣ ਵਾਲੇ ਆ। ਜ਼ੋਰਦਾਰ ਤਾੜੀ ਇੱਕ ਵਾਰੀ ਫਿਰ। ਸਭ ਤੋਂ ਪਹਿਲਾਂ ਮੈਂ ਵਧਾਈਆਂ ਦੇਣਾ ਚਾਹਾਂਗੀ ਮਿਸਟਰ ਮਨਿੰਦਰ ਪਾਲ ਸਰ, ਬਹੁਤ ਬਹੁਤ ਵਧਾਈਆਂ ਪ੍ਰੋਡਕਟ ਦੀ ਲਾਂਚਿੰਗ ਵਾਸਤੇ। ਥੈਂਕ ਯੂ। ਤੁਹਾਨੂੰ ਵੀ ਸਾਰਿਆਂ ਨੂੰ, ਕਿਉਂਕਿ ਆਪਾਂ ਇੱਕ ਪਰਿਵਾਰ ਹੈ ਜੀ, ਮੰਨਦੇ ਹੋ? ਯੈਸ ਯੈਸ। ਕੌਣ ਕੌਣ ਮੈਂਬਰ ਨੇ ਇਸ ਪਰਿਵਾਰ ਦੇ? ਪਰ ਯੈਸ, ਫਿਰ ਇੰਨੀ ਹੌਲੀ ਕਿਉਂ ਹੈਗੀ? ਹੋ ਪਰਿਵਾਰ ਦੇ ਮੈਂਬਰ? ਯੈਸ ਯੈਸ। ਅਮੀਰ ਹੋਣਾ ਚਾਹੁੰਦੇ ਹੋ? ਯੈਸ। ਹੁਣ ਹੋ ਜਾਓ। ਲਾਸਟ ਸੈਮੀਨਾਰ 'ਚ ਨਾ ਕਿਸੇ ਦੀ ਇੰਨੀ ਵਧੀਆ ਯੈਸ ਨਹੀਂ ਆਈ ਸੀ ਜਿੰਨੀ ਹੁਣ ਵਧੀਆ ਯੈਸ ਆਈ। ਵੈਰੀ ਗੁੱਡ। ਹਾਂਜੀ ਸਰ, ਇਹ ਪ੍ਰੋਡਕਟ ਅਸੀਂ ਯੂਜ਼ ਕੀਤਾ। ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਹੁੰਦੀ ਹੈਗੀ ਹੈ ਨਾ, ਉਹ ਕਹਿੰਦੇ ਨੇ ਵੀ ਜਦੋਂ ਧੋਂਦੇ ਸੀ ਹੈ ਨਾ, ਕੱਪੜੇ ਧੋਂਦੇ ਸੀ ਤਾਂ ਮੇਰੇ ਹੱਥ ਬਹੁਤ ਖਰਾਬ ਹੋ ਜਾਂਦੇ, ਕਿਉਂਕਿ ਸਰਦੀਆਂ ਦੇ ਵਿੱਚ ਠੰਡੇ ਪਾਣੀ ਨਾਲ ਨਹੀਂ ਧੋ ਸਕਦੇ ਆਪਾਂ, ਮੋਸਟਲੀ ਗਰਮ ਪਾਣੀ ਯੂਜ਼ ਕਰਦੇ ਹਾਂ, ਤਾਂ ਮੇਰੇ ਹੱਥ ਬਹੁਤ ਖਰਾਬ ਹੁੰਦੇ ਸੀ। ਇਸ ਵਕਤ ਫਸਟ ਟਾਈਮ ਯੂਜ਼ ਕੀਤਾ ਮੈਨੇ, ਹਾਲੇ ਇੱਕੋ ਹੀ ਵਾਰੀ ਕੱਪੜੇ ਧੋਤੇ ਨੇ, ਬਹੁਤ ਵਧੀਆ ਰਿਜ਼ਲਟ ਆਇਆ। ਔਰ ਮੈਂ ਰੋਜ਼ ਸਵੇਰੇ ਉੱਠ ਕੇ ਸਰ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਇੰਨਾ ਵਧੀਆ ਮੈਨੂੰ ਹੈਂਡ ਵਾਸ਼ ਦਿੱਤਾ, ਜਿਹੜਾ ਹੈਂਡ ਵਾਸ਼ ਆ ਡਿਸ਼ ਵਾਸ਼ ਦਿੱਤਾ, ਡਿਸ਼ ਵਾਸ਼ ਨਾਲ ਵੀ ਵਧੀਆ, ਮਤਲਬ ਕਿ ਬਰਤਨ ਇੰਨੇ ਜ਼ਿਆਦਾ ਚਮਕਦੇ ਨੇ ਕਿ ਮਨ ਨੂੰ ਸਕੂਨ ਮਿਲਦਾ। ਮੇਰੀ ਇੱਕ ਆਦਤ ਹੈ ਕਿ ਮੈਨੂੰ ਮਤਲਬ ਕਿ ਇਹ ਚੀਜ਼ਾਂ ਹਰੇਕ ਚੀਜ਼ ਸੋਹਣੀ ਸੋਹਣੀ ਦੇਖਣੀ ਵਧੀਆ ਲੱਗਦੀ ਹੈ, ਜਦੋਂ ਮੈਂ ਆਪਣੇ ਬਰਤਨ ਸਾਫ਼ ਸਾਫ਼ ਦੇਖਦੀ ਹਾਂ ਮੈਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ, ਮੇਰੇ ਹੱਥ ਸੋਹਣੇ ਲੱਗਦੇ ਨੇ ਉਹਦੇ ਨਾਲ ਵੀ ਸਕੂਨ ਮਿਲਦਾ, ਹੁਣ ਕੱਪੜੇ ਵੀ ਸੋਹਣੇ ਲੱਗਦੇ ਨੇ ਉਹਨਾਂ ਨਾਲ ਹੋਰ ਵੀ ਜ਼ਿਆਦਾ ਸਕੂਨ ਮਿਲਦਾ। ਥੈਂਕ ਯੂ ਸਰ, ਜ਼ਿੰਦਗੀ ਦੇ ਵਿੱਚ ਇੰਨਾ ਸਕੂਨ ਮਿਲਦਾ। ਆਇਲ ਬਹੁਤ ਜ਼ਿਆਦਾ ਵਧੀਆ, ਬਾਲ ਸਿਲਕੀ ਰੱਖਦੇ ਮੇਰੇ, ਜਿਵੇਂ ਕਹਿੰਦੇ ਨੇ ਰਿਬੋਂਡਿੰਗ ਕਰਵਾ ਲਓ, ਸਮੂਥਿੰਗ ਕਰਵਾ ਲਓ, ਮੈਨੂੰ ਨੀ ਲੱਗਦਾ ਵੀ ਇਹ ਪ੍ਰੋਡਕਟ ਯੂਜ ਕਰਕੇ ਕਿਸੇ ਵੀ ਚੀਜ਼ ਚ ਇੰਨੀ ਮਤਲਬ ਕਿ ਆਪਾਂ ਨੂੰ ਪੈਸੇ ਵੇਸਟ ਕਰਨ ਦੀ ਜ਼ਰੂਰਤ ਹੈ। ਤੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਵੱਧ ਤੋਂ ਵੱਧ ਹੈ ਨਾ ਸੇਲ ਕਰੋ ਪ੍ਰੋਡਕਟ, ਤੁਸੀਂ ਵੀ ਅਮੀਰ ਹੋਵੋ, ਸਾਨੂੰ ਵੀ ਅਮੀਰ ਕਰੋ, MD ਸਾਹਿਬ ਨੂੰ ਹੋਰ ਵੀ ਜ਼ਿਆਦਾ। ਦੇਖੋ ਕਹਿੰਦੇ ਜਿਹੜੇ ਬਿਜ਼ਨਸ ਵਿੱਚ ਨਾਰੀ ਸ਼ਕਤੀ ਪੋਜ਼ਿਟਿਵ ਹੈ ਤਾਂ ਉਸ ਬਿਜ਼ਨਸ ਨੂੰ ਬੁਲੰਦੀਆਂ ਤੇ ਸੱਤ ਸਮੁੰਦਰ ਪਾਰ ਲਿਜਾਣ ਲਈ ਕੋਈ ਦੁਨੀਆਂ ਦੀ ਤਾਕਤ ਨਹੀਂ ਰੋਕ ਸਕਦੀ। ਪਹਿਲਾ ਰਾਮ ਰਸ, ਦੂਜਾ ਨਾਰੀ ਸ਼ਕਤੀ। ਜੇ ਇਹ ਆਪਣੇ ਨਾਲ ਹੈ ਤਾਂ ਕਿਸੇ ਦੀ ਮਜਾਲ ਨਹੀਂ ਸਾਨੂੰ ਸੱਤ ਸਮੁੰਦਰ ਪਾਰ ਵੀ ਬਿਜ਼ਨਸ ਨੂੰ ਲੈ ਕੇ ਜਾਣ ਦੀ ਰੋਕ ਸਕੇ।